ਸਰੀਰ ਤਿਆਗ ਗਏ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ, ਸਰਨ ਆਇਆਂ ਦੀ ਲਾਜ ਰੱਖਣ ਦੇ ਵਾਸਤੇ। ਇਹ ਗੱਲ ਸਿਆਣੇ ਲੋਕ ਤਾਂ ਸਮਝਦੇ ਹਨ, ਜਗ ਮੈਂ ਇਸ ਥਰ ਰਹੇ ਨਾ ਕੋਈ। ਦੂਜੀ ਗੱਲ ਇਹ ਹੈ ਵੀ ਸੰਸਾਰ ਅੰਦਰ ਸਦਾ ਕੋਈ ਵੀ ਨਹੀਂ ਰਿਹਾ, ਜੋ ਉਪਜੈ ਸਭ ਬਿਨ ਸਤ ਸੋਈ, ਜੋ ਪੈਦਾ ਹੋਇਆ ਉਹਦਾ ਨਾਸ਼ ਵੀ ਹੋਏਗਾ। ਤੂੰ ਸੁਣੋ ਜੇ ਪਰ ਉਪਕਾਰੀ, ਫਿਰ ਵੀ ਸੁਣੋ ਜੋ ਪਰ ਉਪਕਾਰ ਦੀ ਗੱਲ, ਤਜ ਹੈ ਸਰੀਰ ਮਹਾਮਤ ਧਾਰੀ, ਜੋ ਮਹਾਨ ਪੁਰਸ਼ਨ ਪਰ ਉਪਕਾਰ ਵਾਸਤੇ ਆਪਣਾ ਸਰੀਰ ਵੀ ਤਿਆਗ ਦਿੰਦੇ ਹਨ। ਸੇ ਜਗ ਮੈਂ ਜੀਵਤ ਹੀ ਜਾਣੋ, ਉਹ ਤਾਂ ਸਦਾ ਹੀ ਸੰਸਾਰ ਅੰਦਰ ਜਿਉਂਦੇ ਹਨ। ਜਸ ਜਹਾਂ ਕਹੇ ਭਲੇ ਪ੍ਰਮਾਣੋ, ਜਿੱਥੇ ਕਿੱਥੇ ਉਹਨਾਂ ਦਾ ਭਾਰੀ ਜਸ ਹੁੰਦਾ ਰਹਿੰਦਾ ਹੈ। ਕਿਉਂ ਨਾ ਵਿਚਾਰ ਹਿਰਦੇ ਮੈਂ ਦੇਖਾ, ਇਹ ਵਿਚਾਰ ਕੇ ਤੂੰ ਦਿਲ ਅੰਦਰ ਕਿਉਂ ਨਹੀਂ ਵੇਖਿਆ, ਆਪਣ ਬੜੇ ਪਰ ਕਰੋ ਪਰੇਖਾ। ਸੋ ਤੁਸੀਂ ਆਪਣਿਆਂ ਵੱਡਿਆਂ ਨੂੰ ਵੇਖ ਲਵੋ, ਉਹ ਜੀਵਤ ਹੈ ਜਗਤ ਮਝਾਰੀ। ਦੱਸੋ ਤੇਰਾ ਪਿਓ ਤੇਰਾ ਦਾਦਾ ਪੜਦਾਦਾ ਕਿਹੜਾ ਜਿਉਂਦਾ ਹੈ ਸੰਸਾਰ ਅੰਦਰ। ਬਾਬਰ ਆਦਿਕ ਦਲ ਬਲ ਭਾਰੀ, ਬਾਬਰ ਉਧਰ ਬੜੀ ਵੱਡੀ ਫੌਜ ਵਾਲਾ ਉਹ ਕਿੱਥੇ ਹੈ ਅੱਜ। ਸਕਲ ਕਾਲ ਕੋ ਇਹ ਚਬੀਨਾ, ਇਹ ਤਾਂ ਸਾਰਾ ਕਾਲ ਦਾ ਚਬੀਨਾ ਹੈ, ਸਾਰਿਆਂ ਨੂੰ ਕਾਲ ਚੱਬ ਜਾਏਗਾ। ਧਨ ਸੇ ਪ੍ਰਾਣੀ ਜਿਨ ਜਸ ਲੀਨਾ, ਉਹ ਪ੍ਰਾਣੀ ਧਨ ਹਨ ਜਿਨ੍ਹਾਂ ਦਾ ਸੰਸਾਰ ਅੰਦਰ ਜਸ ਹੋ ਰਿਹਾ ਹੈ। ਰਾਜੇ ਕੰਨਾ ਕਹੋ ਕੁਟਵਾਰ, ਸੋ ਰਾਜੇ ਨੂੰ ਹੇ ਕੁਟਵਾਰ ਤੂੰ ਕਹਿ ਜਾ ਕੇ, ਕਰਾਮਾਤ ਹੈ ਕਹਿਰ ਉਦਾਰ। ਜਿਹੜੀ ਉਹਨੇ ਗੱਲ ਕੀਤੀ ਵੀ ਗੁਰੂ ਜੀ ਨੇ ਕਰਾਮਾਤ ਕਿਉਂ ਨਹੀਂ ਵਿਖਾਈ, ਵੀ ਕਰਾਮਾਤ ਵਿਖਾਉਣੀ ਤਾਂ ਕਹਿਰ ਹੈ। ਕਪਟ ਕੂਰ ਕਰ ਕਹਿਰ ਨਾ ਜਾਚੋ, ਇਸ ਕਰਕੇ ਕਪਟ ਝੂਠ ਕਰਕੇ ਕਹਿਰ ਨਾ ਮੰਗੋ। ਹਰ ਲਰੀ ਦੇ ਹਰ ਸਿਮਰਨ ਰਾਚੋ, ਆਪਣੇ ਦਿਲ ਨੂੰ ਸਿੱਧਾ ਰੱਖੋ ਤੇ ਪ੍ਰਭੂ ਦਾ ਸਿਮਰਨ ਕਰੋ। ਗੁਰ ਘਰ ਸਰਬ ਵਾਸੂ ਤੇ ਪੂਰਨ, ਗੁਰੂ ਘਰ ਅੰਦਰ ਤਾਂ ਸਾਰੀਆਂ ਵਸਤੂਆਂ ਭਰਪੂਰ ਹਨ। ਸਰਦਾ ਤੇ ਪ੍ਰਾਪਤ ਹੋਏ ਤੂਰਨ, ਸੋ ਸਰਦਾ ਜੇ ਧਾਰ ਕੇ ਆਓਗੇ ਤੇ ਜੋ ਵੀ ਚਾਹੋਗੇ ਗੁਰੂ ਘਰੋਂ ਮਿਲ ਜਾਏਗਾ। ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰ ਪਾਸ, ਇੱਥੇ ਤਾਂ ਸਾਰਾ ਕੁਝ ਹੀ ਹੈ, ਜੋ ਵੀ ਮੰਗੋਗੇ ਜੋ ਚਾਹੇ ਸੋਈ ਮਿਲੇ। ਨਾਨਕ ਹਰ ਗੁਣ ਗਾਏ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਇੱਥੇ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਜੇ ਕੋ ਬੁਰਾ ਕਰੇ ਕਿਸ ਭਾਂਤੀ, ਜੇ ਕੋਈ ਹੁਣ ਗੁਰੂ ਘਰ ਵਿੱਚ ਆ ਕੇ ਬੁਰਾ ਸੋਚੇ ਬੁਰਾ ਕਰਨਾ ਚਾਹੇ ਕਿਸੇ ਤਰ੍ਹਾਂ, ਲਹਿ ਸੰਕਟ ਕੋ ਭੂਮ ਪਪਾਤੀ, ਉਹ ਫਿਰ ਸੰਕਟ ਲਏਗਾ ਤੇ ਮੁਸੀਬਤਾਂ ਆਉਣਗੀਆਂ ਧਰਤੀ ਤੇ ਡਿੱਗੇਗਾ। ਦੂਦ ਪੂਤ ਤਨ ਧਾਮ ਮਹਾਨੇ, ਸੋ ਇੱਥੇ ਤਾਂ ਜੇ ਦੁੱਧ ਚਾਹੀਦਾ ਹੈ, ਪੁੱਤਰ ਚਾਹੀਦਾ ਹੈ, ਧਨ ਜੋ ਵੀ ਚਾਹੀਦਾ ਹੈ ਸਾਰਾ ਕੁਝ। ਗਜਬਾਜੀ ਗਨ ਰਤਨ ਖਜ਼ਾਨੇ, ਸੋ ਹਾਥੀ ਘੋੜੇ ਰਤਨ ਖਜ਼ਾਨੇ ਸਾਰਾ ਕੁਝ ਹੀ ਹੈ ਗੁਰੂ ਘਰ ਅੰਦਰ। ਗੁਰ ਘਰ ਮੈਂ ਉੱਤਮ ਇਹ ਘਨੇ, ਇਹ ਸਾਰੀਆਂ ਉੱਤਮ ਤੋਂ ਉੱਤਮ ਵਸਤੂਆਂ ਗੁਰੂ ਘਰ ਅੰਦਰ ਹੀ ਹਨ। ਪਾਵੈ ਸੋ ਸੇਵਕ ਜੋ ਬਣੇ, ਹਾਂ ਮਿਲਦੀਆਂ ਉਹਨੂੰ ਹਨ ਜਿਹੜਾ ਸੇਵਕ ਬਣ ਕੇ ਗੁਰੂ ਘਰ ਵਿੱਚ ਰਹਿੰਦਾ ਹੈ ਆਉਂਦਾ ਹੈ। ਕੋਈ ਹੰਕਾਰੀ ਓਜ ਜਨਾਵੈ, ਜੇ ਕੋਈ ਹੰਕਾਰੀ ਹੋਵੇ ਆਪਣੇ ਆਪ ਨੂੰ ਕੁਝ ਬਣੇ ਕੁਝ ਜਨਾਵੇ, ਗੁਰ ਤੇ ਪ੍ਰਤੀਕੂਲ ਬਣ ਆਵਹਿ, ਜੇ ਆਪਦਾ ਹੰਕਾਰ ਕਰੇ ਤਾਂ ਫਿਰ ਗੁਰੂ ਘਰ ਚੋਂ ਉਸ ਨੂੰ ਉਹਦਾ ਉਲਟ ਜੋ ਹੈ ਉਹਦਾ ਰਿਜ਼ਲਟ ਤੁਰੰਤ ਹੀ ਮਿਲ ਜਾਂਦਾ ਹੈ। ਬਲ ਤੇ ਕਰ ਹੈ ਜਾਚਨਾ ਜੋਏ, ਜੇ ਕੋਈ ਜ਼ੋਰ ਦੇ ਨਾਲ ਮੰਗਣਾ ਚਾਹੇ, ਖੜਗ ਧਾਰ ਤੇ ਪ੍ਰਾਪਤ ਸੋਏ, ਫਿਰ ਤਾਂ ਉਸ ਨੂੰ ਖੰਡੇ ਦੀ ਧਾਰ ਹੀ ਮਿਲੇਗੀ, ਤਲਵਾਰ ਹੀ ਖੜਕੇਗੀ ਉਸ ਤੇ। ਭੀਮ ਚੰਦ ਜੋ ਬੈਠ ਇਕੰਤ, ਭੀਮ ਚੰਦ ਨੇ ਜੋ ਇਕੱਲਿਆਂ ਬਹਿ ਕਰਕੇ ਕਰੇ ਉਹ ਅਮਾਤਨ ਸੰਗ ਮਤੰਤ, ਜੋ ਆਪਦੇ ਵਜ਼ੀਰਾਂ
ਸਿੱਖਾਂ ਦੇ ਨਾਲ ਸਲਾਹ ਕੀਤੀ ਸ੍ਰੀ ਸਤਿਗੁਰ ਸਭ ਜਬੈ ਬਖਾਨਾ ਜਦੋਂ ਸਾਰੀ ਗੱਲ ਸਤਿਗੁਰੂ ਮਹਾਰਾਜ ਨੇ ਦੱਸ ਦਿੱਤੀ ਸੁਣ ਕੁਟਵਾਰ ਭਇਓ ਹੈਰਾਨਾ ਇਹ ਸੁਣ ਕੇ ਜਿਹੜਾ ਮੁਖੀ ਵਕੀਲ ਸੀ ਹੈਰਾਨ ਹੋ ਗਿਆ ਬਹੁਤੇ ਪ੍ਰਥਮ ਨਹੀਂ ਕੋ ਆਇਓ ਕਹਿੰਦਾ ਵੀ ਮੈਥੋਂ ਪਹਿਲਾਂ ਇਹਨਾਂ ਕੋਲ ਕੋਈ ਨਹੀਂ ਆਇਆ ਥੋੜੇ ਨਰ ਸੋ ਮਤਾ ਪਕਾਇਓ ਅਸੀਂ ਥੋੜੇ ਜਿਹੇ ਬੰਦੇ ਸਾਂ ਮੈਂ ਜਾਂ ਹੋਰ ਵਕੀਲ ਜਾਂ ਵਜ਼ੀਰ ਚਾਰ ਪੰਜ ਦੀ ਗਿਣਤੀ ਦੇ ਵਿੱਚ ਅਸੀਂ ਥੋੜੇ ਹੀ ਬੰਦੇ ਸਾਂ ਜਦੋਂ ਇਹ ਸਲਾਹ ਕੀਤੀ ਸੀ ਘੱਟ ਘੱਟ ਕੋ ਇਹ ਅੰਤਰ ਜਾਮੀ ਕਹਿੰਦਾ ਵੀ ਇਹ ਸਤਿਗੁਰੂ ਤਾਂ ਘਟਾਂ ਘਟਾਂ ਦੇ ਅੰਤਰ ਜਾਮੀ ਹਨ ਤਹਿ ਕੀ ਕਹੀ ਲਖੀ ਸਭ ਸਵਾਮੀ ਜੋ ਗੱਲ ਉੱਥੇ ਕੀਤੀ ਸੀ ਉਹ ਗੁਪਤ ਗੱਲ ਇਹਨਾਂ ਨੂੰ ਸਾਰੀ ਦਾ ਪਤਾ ਲੱਗ ਗਿਆ ਮਹਿਮਾ ਮਾਨ ਮਹਿਦ ਮਹੀਆਨ ਸਤਿਗੁਰੂ ਜੀ ਦੀ ਮਹਿਮਾ ਨੂੰ ਵੱਡੀ ਤੋਂ ਵੱਡੀ ਮੰਨਿਆ ਇਹ ਸਭ ਕੇ ਮਾਲਕ ਭਗਵਾਨ ਉਹ ਕੁਟਵਾਰ ਸਮਝ ਗਿਆ ਵੀ ਸਤਿਗੁਰੂ ਜੀ ਤਾਂ ਸਾਰਿਆਂ ਦੇ ਮਾਲਕ ਭਗਵਾਨ ਵੱਡਿਆਂ ਤੋਂ ਵੱਡੇ ਹਨ ਬੇਨਤੀ ਕਰਤ ਉਠਿਓ ਤਤਕਾਲਾ ਸੋ ਇਉਂ ਵਿਚਾਰ ਕੇ ਹੱਥ ਜੋੜ ਕੇ ਬੇਨਤੀ ਕਰਨ ਵਾਸਤੇ ਖੜਾ ਹੋ ਗਿਆ ਖੜੇ ਹੋਏ ਕਰ ਸਮੁਖ ਕਿਰਪਾਲਾ ਕਿਰਪਾਲੂ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਖੜਾ ਹੋਇਆ ਕੀਨਸ ਮਨ ਮਲਿੰਦ ਮਾਨਿੰਦ ਆਪਦਾ ਜਿਹੜਾ ਮਨ ਸੀ ਉਹ ਗੁਰੂ ਜੀ ਦੇ ਚਰਨਾਂ ਰੂਪੀ ਕਮਲ ਦਾ ਭੌਰਾ ਬਣਾ ਲਿਆ ਮਕਰਾਂ ਦੀ ਭਗਨ ਅਰਬਿੰਦ ਸਤਿਗੁਰੂ ਜੀ ਦੇ ਚਰਨਾਂ ਦੀ ਧੂੜ ਰੂਪੀ ਮਕਰੰਦ ਧੂੜਾ ਚਾਹੁੰਦਾ ਹੈ ਬੰਦ ਹੱਥ ਕੋ ਬੰਧਨ ਕੀਨ ਹੱਥ ਜੋੜ ਕੇ ਮੱਥਾ ਟੇਕਿਆ ਆਗੈ ਨਮਰ ਸੀਸ ਧਰ ਦੀਨ ਬਹੁਤ ਨਿਮਰਤਾ ਦੇ ਨਾਲ ਚਰਨਾਂ ਤੇ ਸਿਰ ਰੱਖ ਦਿੱਤਾ ਛਿਮਹੁ ਅਵਗਿਆ ਜੇਤ ਕਮੇਰੀ ਹੇ ਸਤਿਗੁਰੂ ਜੀ ਜਿੰਨੀ ਕੋ ਮੇਰੀ ਗਲਤੀ ਹੈ ਮਾਫ ਕਰ ਦਿਓ ਕਹੀ ਕੁਟਿਲਤਾ ਕੂਰ ਕਰੇਰੀ ਮੈਂ ਝੂਠੀ ਤੇ ਕਰੜੀ ਗੱਲ ਕਹੀ ਹੈ ਆਪ ਜੀ ਦੇ ਸਨਮੁਖ ਸਭ ਅਣਜਾਨ ਪਨੇ ਮਹਿ ਜਾਣੋ ਇਹ ਸਾਰਾ ਕੁਝ ਅਣਜਾਨ ਪੁਨੇ ਦੇ ਵਿੱਚ ਹੋਇਆ ਜਾਣੋ ਅਬ ਸੇਵਕ ਲਖ ਕਰੁਣਾ ਠਾਣੋ ਮੈਨੂੰ ਹੁਣ ਆਪਣਾ ਸੇਵਕ ਜਾਣ ਕੇ ਮੇਰੇ ਤੇ ਕਿਰਪਾ ਕਰੋ ਤੁਮ ਸੋ ਕਪਟ ਰਚਹਿ ਅਗਿਆਨੀ ਉਹ ਅਗਿਆਨ ਨਹੀਂ ਹੀ ਹੋਏਗਾ ਜਿਹੜਾ ਆਪ ਜੀ ਦੇ ਨਾਲ ਕਪਟ ਕਰਨਾ ਚਾਹੇ ਖੋਟੇ ਭਾਗ ਨਾ ਮਹਿਮਾ ਜਾਣੀ ਜਿਨ੍ਹਾਂ ਦੇ ਖੋਟੇ ਭਾਗ ਹਨ ਆਪ ਜੀ ਦੀ ਮਹਿਮਾ ਨਹੀਂ ਜਾਣਦੇ ਕਿਮ ਛਲ ਪੁਜ ਹੈ ਆਪ ਕੇ ਸਾਥ ਆਪ ਜੀ ਦੇ ਨਾਲ ਇਸ ਤਰ੍ਹਾਂ ਦਾ ਛਲ ਨਹੀਂ ਨਿਭ ਸਕਦਾ ਵਿਦਤ ਤ੍ਰਿਲੋਕੀ ਜਿਮ ਫਲ ਹਾਥ ਜਿਨ੍ਹਾਂ ਲੋਕਾਂ ਵਿੱਚ ਜੋ ਵਰਤਦਾ ਹੈ ਆਪ ਨੂੰ ਤਾਂ ਇਉਂ ਪਤਾ ਹੈ ਜਿਵੇਂ ਹੱਥ ਦੀ ਤਲੀ ਤੇ ਰੱਖਿਆ ਹੋਇਆ ਫਲ ਹੋਵੇ ਪਰਾਧੀਨ ਹਮ ਭੂਪ ਸਦੀਵਾ ਮਹਾਰਾਜ ਹੁਣ ਮੈਂ ਤਾਂ ਨੌਕਰ ਹਾਂ ਉਹਦੇ ਅਧੀਨ ਹਾਂ ਸਦਾ ਵਰਤੈ ਅਨਸਾਰੀ ਹਿਤ ਜੀਵਾ ਉਪਜੀਵਕਾ ਵਾਸਤੇ ਉਹਦੇ ਅਨੁਸਾਰ ਸਾਨੂੰ ਵਰਤਣਾ ਪੈਂਦਾ ਹੈ ਇਸ ਕਾਰਨ ਤੇ ਕਪਟ ਸਕੂਰ ਇਸ ਕਰਕੇ ਜੇ ਉਹਨੇ ਕਿਹਾ ਸੀ ਕਪਟ ਤੇ ਝੂਠ ਉਹ ਸਾਰਾ ਮੈਂ ਉਸੇ ਤਰ੍ਹਾਂ ਕਿਹਾ ਹੇ ਪ੍ਰਭ ਠਾਣਿਓ ਆਨ ਹਜੂਰ ਹੇ ਸਤਿਗੁਰੂ ਆਪ ਜੀ ਦੇ ਹਜੂਰ ਮੈਂ ਬੋਲਿਆ ਕਰਿਓ ਇਕਾਂਤ ਮਤੰਤ ਨਰਿੰਦ ਜੋ ਰਾਜੇ ਨੇ ਇਕੱਲਿਆਂ ਹੋ ਕੇ ਸਾਡੇ ਪੰਜ ਛੇ ਨਾਲ ਮਤਾ ਕੀਤਾ ਨਰ ਪੰਚਨ ਢਿਗ ਨਾਹਿਨ ਬ੍ਰਿੰਦ ਚਾਰ ਪੰਜ ਬੰਦੇ ਸਾਂ ਬਹੁਤੇ ਨਹੀਂ ਸਨ ਸੋ ਸਭ ਰਾਵਰ ਕੇ ਮੁਖ ਸੁਣਿਓ ਉਹ ਸਾਰੀਆਂ ਗੱਲਾਂ ਆਪ ਜੀ ਦੇ ਮੁਖੋਂ ਮੈਂ ਸੁਣ ਲਈਆਂ ਸਭ ਤੇ ਪ੍ਰਥਕ ਹੋਏ ਜੋ ਭਨਿਓ ਸਾਰਿਆਂ ਤੋਂ ਵੱਖਰਿਆਂ ਹੋ ਕੇ ਜੋ ਗੱਲਾਂ ਕੀਤੀਆਂ ਸਨ ਉੱਥੇ ਡਿਡ ਪਰ ਤੀਤ ਅਬ ਰਹਿਚਿਤ ਮਹਾਰਾਜ ਹੁਣ ਮੇਰੇ ਮਨ ਦਾ ਭਰੋਸਾ ਸਦਾ ਪੱਕਾ ਰਹੇਗਾ ਹੁਣ ਮੈਂ ਕਦੀ ਡੋਲਾਂਗਾ ਨਹੀਂ ਪਰੇ ਉਹ ਸਰਨ ਜੁਗ ਚਰਨਨ ਹੇਰੋ ਮਹਾਰਾਜ ਮੈਂ ਤਾਂ ਆਪਦੇ ਚਰਨਾਂ ਦੀ ਸਰਨ ਵਿੱਚ ਹਾਂ ਚਰਨਾਂ ਵੱਲ ਵੇਖਦਾ ਹਾਂ ਭੀਮ ਚੰਦ ਮਤ ਮੰਦ ਗੁਮਾਨੀ ਮਹਾਰਾਜ ਭੀਮ ਚੰਦ ਮਾੜੀ ਮਤ ਵਾਲਾ ਹੰਕਾਰੀ ਹੈ ਭਇਓ ਕੁਭਾਗ ਨਾ ਮਹਿਮਾ ਜਾਨੀ ਉਹਦੇ ਮਾੜੇ ਭਾਗ ਹਨ ਆਪ ਜੀ ਦੀ ਮਹਿਮਾ ਨਹੀਂ ਜਾਣ ਸਕਿਆ ਦੁਰਦ ਪ੍ਰਸਾਦੀ ਹਿਤ ਹੈ ਬਾਦੀ ਸੋ ਕੇਵਲ
ਪ੍ਰਸਾਦੀ ਹਾਥੀ ਪ੍ਰਾਪਤ ਕਰਨ ਵਾਸਤੇ ਉਹ ਝਗੜਾ ਚਾਹੁੰਦਾ ਹੈ। ਭਾਣਿਓ ਵਜ਼ੀਰ ਲਖੋ ਗੁਰ ਗਾਦੀ, ਵਜ਼ੀਰ ਨੇ ਸਮਝਾਇਆ ਸੀ ਵੀ ਇਹ ਗੁਰੂ ਨਾਨਕ ਦੀ ਗੱਦੀ ਹੈ। ਸੇਵਕ ਬਣ ਹੋ ਸਭੈ ਕੁਛ ਪਾਵ ਹੋ, ਜੇ ਸੇਵਕ ਬਣੇਗਾ ਤਾਂ ਸਾਰਾ ਕੁਝ ਮਿਲ ਜਾਏਗਾ। ਨਹ ਨਾਹਕ ਬੋ ਵੈਰ ਵਧਾਵ ਹੋ, ਬਿਨਾਂ ਮਤਲਬ ਗੁਰੂ ਘਰ ਦੇ ਨਾਲ ਵੈਰ ਨਾ ਵਧਾ। ਮਾਨੀ ਨਹੀਂ ਕਰੀ ਮਨ ਭਾਈ, ਇਸ ਨੇ ਮੰਨੀ ਨਹੀਂ ਮਨ ਭਾਉਂਦੀ ਕੀਤੀ। ਗਜ ਹਿਤ ਸਿੱਖਿਆ ਮੋਹ ਸਿਖਾਈ, ਸੋ ਹਾਥੀ ਦੇ ਵਾਸਤੇ ਮੈਨੂੰ ਸਿੱਖਿਆ ਸਿਖਾਈ ਸੀ ਵੀ ਇਉਂ ਜਾ ਕੇ ਤੂੰ ਕਹੀ। ਤੁਮ ਸਭ ਜਾਣੋ ਅੰਤਰ ਜਾਮੀ, ਉਹਦੀ ਸਿਖਾਈ ਹੋਈ ਸਿੱਖਿਆ ਅਨੁਸਾਰ ਮੈਨੂੰ ਮਜਬੂਰੀ ਉਹਦੇ ਅਧੀਨ ਹੋਣ ਕਰਕੇ ਬੋਲਣਾ ਹੋਇਆ, ਆਪ ਅੰਤਰ ਜਾਮੀ ਜਾਣਦੇ ਹੋ। ਕਹੋ ਜਥਾ ਮੈਂ ਕਰਹੁ ਬਖਾਨੀ, ਮਹਾਰਾਜ ਹੁਣ ਜਿਵੇਂ ਆਪ ਜੀ ਹੁਕਮ ਕਰੋਗੇ ਮੈਂ ਉਸੇ ਤਰ੍ਹਾਂ ਹੀ ਕਹਾਂਗਾ। ਤਬ ਸ੍ਰੀ ਸਤਿਗੁਰ ਮੁਖ ਫਰਮਾਇਓ, ਤਾਂ ਸਤਿਗੁਰੂ ਮਹਾਰਾਜ ਉਸ ਨੂੰ ਕਹਿਣ ਲੱਗੇ, ਧਾਮ ਚਬਲੀ ਧਾਮ ਬਚੋਲੀ ਬੀਚ ਬਣਾਇਓ। ਸਤਿਗੁਰੂ ਜੀ ਕਹਿਣ ਲੱਗੇ ਵੀ ਪਿਛਲੇ ਜਨਮ ਦੇ ਵਿੱਚ ਬਚੋਲੀ ਪਿੰਡ ਵਿੱਚ ਤੇਰਾ ਘਰ ਸੀ, ਉੱਥੇ ਤੂੰ ਸਾਡਾ ਸਿੱਖ ਸੀ, ਅਤੇ ਉਸ ਤੋਂ ਬਾਅਦ ਇਹ ਤੇਰਾ ਹੁਣ ਬਾਅਦ ਵਿੱਚ ਜੋ ਜਨਮ ਹੋਇਆ ਹੈ, ਸੋ ਸਾਡਾ ਤਾਂ ਤੂੰ ਪਹਿਲੋਂ ਦਾ ਦਾਸ ਹੈ, ਸਿੱਖ ਹੈ। ਦਾਸ ਹਮਾਰੋ ਤੂੰ ਇੱਕ ਤਹਾਂ, ਉਦੋਂ ਤੂੰ ਸਾਡਾ ਦਾਸ ਸੀ ਉੱਥੇ। ਉਹ ਪ੍ਰਥਮ ਤੇ ਤੈਂ ਅਬਲਹਾ, ਕਿਹਾ ਵੀ ਲੱਗਦਾ ਹੈ ਤੈਨੂੰ ਪਿਛਲੇ ਜਨਮ ਦੀ ਕੁਝ ਗਿਆਤ ਅੰਦਰੋਂ ਹੋ ਰਹੀ ਹੈ। ਕਹੋ ਜਾਏ ਨਿਰਪ ਨਿਕਟ ਬਣਾਈ, ਜਾ ਕੇ ਰਾਜੇ ਨੂੰ ਕਹਿ ਦੇ ਸਾਡੇ ਵੱਲੋਂ, ਸਿੱਖ ਕੀ ਕਹੀ ਨਾ ਜਾਏ ਮਿਟਾਈ। ਗੁਰੂ ਜੀ ਨੇ ਕਿਹਾ ਵੀ ਸਿੱਖ ਦੀ ਕਹੀ ਹੋਈ ਗੱਲ ਅਸੀਂ ਨਹੀਂ ਮੋੜਦੇ। ਗੁਰ ਕਰ ਬਿਨਾ ਨਾ ਦੇਹੁ ਕਿਤ ਹਾਥੀ, ਸੋ ਸਿੱਖ ਨੇ ਕਿਹਾ ਸੀ ਹਾਥੀ ਦੇਣ ਲੱਗਿਆ ਰਾਜਾ ਰਤਨ ਰਾਏ ਨੇ, ਮਹਾਰਾਜ ਇਹ ਹਾਥੀ ਆਪ ਜੀ ਨੇ ਆਪਣੇ ਕੋਲ ਰੱਖਣਾ, ਕਿਸੇ ਨੂੰ ਨਾ ਦੇਣਾ। ਇਹੀ ਭਾਵਨਾ ਮਮ ਮਨ ਸਾਥੀ, ਇਹ ਉਹਦੀ ਭਾਵਨਾ ਸੀ ਜਿਸ ਕਰਕੇ ਅਸੀਂ ਹਾਥੀ ਨਹੀਂ ਦੇਣਾ ਚਾਹੁੰਦੇ। ਸੁਣ ਕਰ ਹਮ ਤੈ ਸੰਗ ਬਖਾਨਾ, ਇਹ ਸੁਣ ਕੇ ਅਸੀਂ ਉਸ ਨੂੰ ਬਚਨ ਦਿੱਤਾ ਸੀ। ਕਰ ਹੈ ਇਸੀ ਵਿਦ ਦੇਹ ਨ ਆਨਾ, ਕਿਹਾ ਸੀ ਰਤਨ ਰਾਏ ਅਸੀਂ ਇਸੇ ਤਰ੍ਹਾਂ ਕਰਾਂਗੇ, ਅਸੀਂ ਹਾਥੀ ਕਿਸੇ ਨੂੰ ਨਹੀਂ ਦਿਆਂਗੇ। ਹੋਰ ਸੋ ਨਿਜ ਬਾਕ ਨਾ ਕੂਰੋ ਠਾਨਾ, ਉਹ ਜੋ ਬਚਨ ਹੈ ਕਦੀ ਝੂਠਾ ਨਹੀਂ ਹੋ ਸਕਦਾ। ਜਾ ਹਰ ਜੇ ਜਹਾਨ ਮਨ ਜਾਣੈ, ਸੋ ਇਹ ਗੱਲ ਤਾਂ ਬਚਨ ਜਾਹਰ ਪ੍ਰਤੱਖ ਹੈ ਕਿ ਸਤਿਗੁਰੂ ਗੁਰਸਿੱਖਾਂ ਦਾ ਮਾਣ ਰੱਖਦੇ ਹਨ। ਨਹਿ ਗਜਦੈ ਵੇ ਮੈਂ ਇਹ ਕਾਰਨ, ਸੋ ਹਾਥੀ ਨਾ ਦੇਣ ਦੇ ਵਿੱਚ ਇਹ ਕਾਰਨ ਹਨ। ਇਸ ਤਰ੍ਹਾਂ ਜੋ ਹੈ ਅਗਲੀ ਵਿਚਾਰ ਕੱਲ੍ਹ ਦੇ ਪ੍ਰਕਰਨ ਅੰਦਰ, ਸਮਾਂ ਹੋ ਗਿਆ, ਆਓ ਇੱਕ ਮਿੰਟ ਸਿਮਰਨ ਦੀ ਹਾਜ਼ਰੀ ਲਾ ਕੇ ਸਮਾਪਤੀ ਕਰੀਏ। ਸਾਰਿਆਂ ਨੇ ਮਿਲ ਕੇ ਬੋਲਣਾ, ਵਾਹਿਗੁਰੂ ਗੁਰੂ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੇ ਗੋਪਾਲ। ਸੁਣ ਕਰ ਹਮ ਤੇ ਸੰਗ ਬਖਾਨਾ,
कर है इसी विद देना सो निज बाक न कूलोठान जाहर जेह जहान मन जान वाहे गुरु जी का खालसा वाहे गुरु जी की फतेह। तन तन सतगुरु नानक देव।